ਇੱਕ ਬੰਦਾ ਜੀ ਲੱਤਾਂ ਚੌੜੀਆਂ ਕਰਕੇ ਨਾ ਸੜਕ ਪਾਰ ਕਰ ਰਿਹਾ ਹੁੰਦਾ ਹੈ, ਅਤੇ ਲਾਈਟ ਦੇ ਉਸ ਪਾਸੇ ਦੋ ਮੈਡੀਕਲ ਕਾਲਜ ਦੇ ਸਟੂਡੈਂਟ ਖੜ੍ਹੇ ਹੁੰਦੇ ਆ। ਉਹ ਇੱਕ ਕਹਿੰਦਾ ਦੂਜੇ ਨੂੰ, ਕਹਿੰਦਾ ਯਾਰ ਇਹ ਜਿਹੜਾ ਲੱਤਾਂ ਚੌੜੀਆਂ ਕਰਕੇ ਸੜਕ ਪਾਰ ਕਰ ਰਿਹਾ ਨਾ, ਕਹਿੰਦਾ ਮੈਨੂੰ ਲੱਗਦਾ ਪੱਟ ਛਿੱਲ ਹੋਏ ਆ, ਵੀ ਪੱਟ ਆਪਸ ਜੁੜਦੇ ਹੋਣੇ ਆ, ਰਗੜ ਖਾਂਦੇ ਹੋਣੇ ਆ, ਦਰਦ ਹੁੰਦੀ ਆ ਤਾਂ ਲੱਤਾਂ ਚੌੜੀਆਂ ਕਰਕੇ ਸੜਕ ਪਾਰ ਕਰ ਰਿਹਾ। ਦੂਜਾ ਕਹਿੰਦਾ ਨਹੀਂ ਭਰਾਵਾ, ਮੈਨੂੰ ਲੱਗਦਾ ਕਿ ਇਹਦੇ ਜਿਹੜੇ ਗੋਡੇ ਆ ਨਾ ਉਹ ਆਪਸ 'ਚ ਲੱਗਦੇ ਹੋਣੇ ਆ, ਮੀਨਜ਼ ਇਹਨੂੰ ਨੋਕਨੀਜ਼ ਹੋਣੀ ਆ, ਅਤੇ ਉਹਦੀ ਰਗੜ ਬਚਾਉਣ ਨੂੰ ਇਹ ਲੱਤਾਂ ਚੌੜੀਆਂ ਕਰਕੇ ਸੜਕ ਪਾਰ ਕਰ ਰਿਹਾ। ਕਹਿੰਦੇ ਚੱਲ ਸ਼ਰਤ ਲਾ ਲੈਂਦੇ ਆ, ਕਹਿੰਦੇ ਚੱਲ ਆ ਰਿਹਾ ਇੱਧਰ ਹੀ ਪਾਸੇ ਲਾਈਟ ਪਾਰ ਕਰਕੇ ਇਹਨੂੰ ਪੁੱਛ ਲੈਂਦੇ ਆ। ਅਤੇ ਉਹ ਆਉਂਦਾ ਲਾਈਟ ਪਾਰ ਕਰਕੇ, ਕਹਿੰਦਾ ਭਾਅ ਜੀ, ਕਹਿੰਦਾ ਗੱਲ ਦੱਸੋ, ਅਸੀਂ ਦੋਨੋਂ ਮੈਡੀਕਲ ਸਟੂਡੈਂਟ ਆ ਤਾਂ ਅਸੀਂ ਸ਼ਰਤ ਲਾਈ ਆ ਵੀ ਤੁਸੀਂ ਲੱਤਾਂ ਚੌੜੀਆਂ ਕਰਕੇ ਕਿਉਂ ਸੜਕ ਪਾਰ ਕਰ ਰਹੇ ਹੋ। ਕਹਿੰਦਾ ਹਾਂ ਵੀ ਕੀ ਸ਼ਰਤ ਲਾਈ ਹੈ? ਅਤੇ ਪਹਿਲਾ ਜਿਹੜਾ ਸਟੂਡੈਂਟ ਹੁੰਦਾ ਉਹ ਕਹਿੰਦਾ ਵੀ ਮੈਂ ਇਹਨੂੰ ਕਿਹਾ ਵੀ ਤੁਹਾਡੇ ਪੱਟ ਛਿੱਲ ਹੋਏ ਆ, ਵੀ ਤਾਂ ਤੁਸੀਂ ਲੱਤਾਂ ਚੌੜੀਆਂ ਕਰਕੇ ਸੜਕ ਪਾਰ ਕਰ ਰਹੇ ਹੈ। ਅਤੇ ਭਾਅ ਜੀ ਕਹਿੰਦਾ ਨਾ, ਕਹਿੰਦਾ ਤੇਰਾ ਗੈਸ ਗਲਤ ਆ। ਅਤੇ ਦੂਜਾ ਕਹਿੰਦਾ ਵੀ ਹਾਂ ਜੀ ਮੈਂ ਕਿਹਾ ਸੀ ਵੀ ਤੁਹਾਡੇ ਨੋਕ ਨੀਜ਼ ਆ, ਤੁਹਾਡੇ ਗੋਡੇ ਆਪਸ ਜੁੜਦੇ ਆ ਤਾਂ ਤੁਸੀਂ ਲੱਤਾਂ ਚੌੜੀਆਂ ਕਰਕੇ ਸੜਕ ਪਾਰ ਕਰ ਰਹੇ ਹੈ। ਕਹਿੰਦਾ ਨਾ ਭਰਾਵਾ, ਤੇਰਾ ਗੈਸ ਵੀ ਗਲਤ ਆ। ਤਾਂ ਕਹਿੰਦਾ ਭਾਅ ਜੀ ਫਿਰ ਤੁਸੀਂ ਦੱਸ ਦਿਓ। ਕਹਿੰਦਾ ਗੱਲ ਇੱਦਾਂ ਆ, ਹੈਂ ਮੈਂ ਸੋਚਿਆ ਸੀ ਮੈਨੂੰ ਪਦ ਆਇਆ, ਪਰ ਗੈਸ ਕਹਿੰਦਾ ਮੇਰਾ ਵੀ ਗਲਤ ਸੀਗਾ। ਹੁਣ ਲਿਬੜਿਆ ਬੰਦਾ ਕਹਿੰਦਾ ਕਿੱਦਾਂ ਲੱਤਾਂ ਜੋੜ ਕੇ ਚੱਲ ਸਕਦਾ?